ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਾਸ ਮਸਤੋਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਅਕਾਲ ਅਕੈਡਮੀ ਦੇ ਵਿੱਚ ਤੁਹਾਨੂੰ ਇੱਕ ਐਸੇ ਯੋਧਾ ਕਹਿ ਲਈਏ ਜਿਹਨੂੰ ਮਨਾਉਣ ਲੱਗਿਆ ਜਿਹਦਾ ਨਾਂ ਹੈ ਪੰਕਜ ਸਿੰਘ ਜੀ ਗੰਗਾ ਨਗਰ ਨੂੰ ਬਲੌਨ ਕਰਦੇ ਨੇ ਔਰ ਇਹਨਾਂ ਦੇ ਤਿੰਨ ਵਰਲਡ ਰੈਕਨੀਜ਼ ਰਿਕਾਰਡ ਨੇ ਸਾਈਕਲਿਸਟ ਨੇ ਰਾਈਡਰ ਨੇ ਆ ਇਹਨਾਂ ਦੀ ਸਾਈਕਲ ਹੈ ਜੀ ਇਹ ਜਿਹੜਾ ਮੈਸੇਜ ਦੇ ਰਹੇ ਨੇ ਪੂਰੀ ਮਨੁੱਖਤਾ ਨੂੰ ਸਕੂਲਾਂ ਦੇ ਵਿੱਚ ਜਾ ਕੇ ਕਾਲਜਾਂ ਵਿੱਚ ਜਾ ਕੇ ਜਾਂ ਗੁਰਦੁਆਰਾ ਸਾਹਿਬਾਨ ਜਿੱਥੇ ਜਾਦਾ ਸੰਗਤ ਜੁੜੀ ਹੁੰਦੀ ਹੈ ਉੱਥੇ ਇਹਨਾਂ ਦਾ ਮੈਸੇਜ ਹੈ ਕਿਉਂਕਿ ਅੱਜ ਪ੍ਰਦੂਸ਼ਣ ਹੈ ਜਿਹੜਾ ਇਹ ਮਨੁੱਖਤਾ ਦੇ ਲਈ ਬਹੁਤ ਹੀ ਇੱਕ ਘਾਤਕ ਸਿੱਧ ਹੋ ਰਿਹਾ ਹੈ ਔਰ ਪਰਿਆਵਰਣ ਨੂੰ ਕਿਵੇਂ ਅਸੀਂ ਸਫਾਈ ਰੱਖ ਸਕਦੇ ਆ ਔਰ ਦੂਸਰੀ ਜਿਹੜੀ ਗੱਲ ਹੈ ਅੱਜ ਜਿਹੜੀ ਪ੍ਰੋਬਲਮ ਸਮਾਜ ਵਿੱਚ ਆ ਰਹੀ ਹੈ ਨਸ਼ਿਆਂ ਦੀ ਇਹ ਨਸ਼ਿਆਂ ਦੇ ਪ੍ਰਤੀ ਬੱਚਿਆਂ ਨੂੰ ਸੁਚੇਤ ਕਰਦੇ ਨੇ ਕਿ ਨਸ਼ਿਆਂ ਤੋਂ ਕਿਵੇਂ ਜਿਹੜਾ ਸਾਡਾ ਸਮਾਜ ਹੈ ਸਾਡੇ ਪਰਿਵਾਰ ਨੇ ਉਹ ਕਿਵੇਂ ਬਰਬਾਦ ਹੁੰਦੇ ਨੇ ਪੰਕਜ ਸਿੰਘ ਜੀ ਤੁਹਾਡਾ ਸੰਤ ਅਤਰ ਸਿੰਘ ਅਕੈਡਮੀ ਮਸਤੌਣਾ ਸੰਪੰਚੜ ਤੇ ਜੀ ਆਇਆਂ ਔਰ ਸਾਡੇ ਨਾਲ ਪ੍ਰਿੰਸੀਪਲ ਸਾਹਿਬ ਅਨੁਮਾਲਾ ਜੀ ਖੜੇ ਨੇ ਪਰਮਿੰਦਰ ਸਿੰਘ ਜੀ ਸਟਾਫ ਦਫਤਰੀ ਸਟਾਫ ਖੜਾ ਹੈ ਔਰ ਸਾਰਾ ਲੰਗਰ ਦਾ ਸਟਾਫ ਖੜਾ ਹੈ ਪਲੱਸ 1 ਅਤੇ ਪਲੱਸ 2 ਦੇ ਬੱਚੇ ਨੇ ਹੁਣ ਤੁਹਾਨੂੰ ਤੁਸੀਂ ਇਹ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜੀ ਸੰਬੋਧਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਪੰਕਜ ਸਿੰਘ ਹੈ ਮੈਂ ਹਨਮਾਨਗੜ੍ਹ ਰਾਜਸਥਾਨ ਤੋਂ ਬਿਲੋਂਗ ਕਰਦਾ ਹਾਂ ਤੇ ਮੇਰੀ ਜਿਹੜੀ ਸਾਈਕਲ ਯਾਤਰਾ ਰਾਹੀ ਮੈਂ ਜਿਹੜਾ ਸੰਦੇਸ਼ ਦੇ ਰਿਹਾ ਹਾਂ ਯੂਥ ਨੂੰ ਯਾ ਜ ਮਨੁੱਖਤਾ ਨੂੰ ਜਿਹੜਾ ਸੰਦੇਸ਼ ਦੇਣਾ ਚਾਹੁੰਨਾ ਹਾਂ ਉਹ ਪ੍ਰਕਿਰਤੀ ਬਾਰੇ ਹੈ ਕਿ ਪ੍ਰਕਿਰਤੀ ਨੂੰ ਆਪਾਂ ਤਕਨੀਕ ਦੇ ਅੰਦਰ ਜਾ ਕੇ ਪ੍ਰਕਿਰਤੀ ਨੂੰ ਬਿਲਕੁਲ ਭੁੱਲ ਚੁੱਕੇ ਹਾਂ ਆਨ ਵਾਲੇ ਭਵਿੱਖ ਦੇ ਅੰਦਰ ਆਪਾਂ ਨੂੰ ਜਿੰਨੀ ਲੋੜ ਆਪਾਂ ਨੂੰ ਪ੍ਰਕਿਰਤੀ ਦੀ ਹੈ ਸ਼ੁੱਧ ਹਵਾ ਦੀ ਹੈ ਉੰਨੀ ਲੋੜ ਆਪਾਂ ਨੂੰ ਤਕਨੀਕ ਦੀ ਨਹੀਂ ਹੈ ਤੇ ਆਪਾਂ ਪ੍ਰਕਿਰਤੀ ਨੂੰ ਕਿਵੇਂ ਬਚਾ ਸਕਦੇ ਆ ਇਹਦਾ ਜਿਵੇਂ ਆਪਾਂ ਜੀ ਛੋਟਾ ਜਿਹਾ ਉਦਾਹਰਣ ਲਈਏ ਤਾਂ ਸਭ ਤੋਂ ਵੱਡਾ ਜਿਵੇਂ ਜੰਗਲ ਹੈ ਜੰਗਲ ਨੂੰ ਜੇ ਆਪਾਂ ਨਹੀਂ ਕੱਟਦੇ ਆ ਤਾਂ ਜੰਗਲ ਖੁਦ ਨੂੰ ਰਿਕਵਰ ਕਰਦਾ ਹੈ ਪ੍ਰਕਿਰਤੀ ਖੁਦ ਨੂੰ ਰਿਕਵਰ ਕਰਦੀ ਹੈ ਤਾਂ ਮਨੁੱਖ ਜਿਹੜਾ ਹੈਗਾ ਪ੍ਰਕਿਰਤੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਨਾ ਕਿ ਬਚਾ ਰਿਹਾ ਆਪਾਂ ਪੇੜ ਪੌਦੇ ਲਾਣ ਦੇ ਆਪਾਂ ਕਹਿੰਦੇ ਨੇ ਵੀ ਪੇੜ ਪੌਦੇ ਆਪਾਂ ਲਾ ਰਹੇ ਆ ਪਰ ਬਲਕਿ ਪੇੜ ਪੌਦੇ ਲਾ ਨਹੀਂ ਰਹੇ ਆਪਾਂ ਲਾਂ ਤੋਂ ਵੱਧ ਕੱਟ ਰਹੇ ਆ ਕਿਉਂਕਿ ਉਹਨੂੰ ਵਧਣ ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਤੇ ਕੱਟਣ ਤੇ ਬਹੁਤ ਘੱਟ ਟਾਈਮ ਲੱਗਦਾ ਆਪਾਂ ਜਦੋਂ ਵੀ ਘਰ ਬਣਾਉਨੇ ਆ ਉਹਦੇ ਅੰਦਰ ਆਪਾਂ ਨੂੰ ਲੱਕੜੀ ਚਾਹੀਦੀ ਹੈ ਹਰ ਤਾਂ ਤੇ ਆਪਾਂ ਨੂੰ ਲੱਕੜੀ ਚਾਹੀਦੀ ਹੈ ਆਪਾਂ ਪਾਠ ਆਪਾਂ ਪੇੜ ਪੌਦੇ ਨਹੀਂ ਲਾਰੇ ਤਾਂ ਮੇਰਾ ਸੰਦੇਸ਼ ਸਭ ਜਿਨੇ ਜਿਨੇ ਵੀ ਸੰਗਤ ਆ ਸਭ ਨੂੰ ਆਹੀ ਹੈ ਵੀ ਆਪਾਂ ਜੇ ਪੇੜ ਪੌਦੇ ਨਹੀਂ ਲਾ ਸਕਦੇ ਤਾਂ ਉਹਨਾਂ ਨੂੰ ਕੱਟਣਾ ਨਹੀਂ ਚਾਹੀਦਾ ਹੈ ਤੇ ਪੇੜ ਪੌਦੇ ਜਿੰਨੇ ਵੀ ਹੁੰਦੇ ਆ ਵੱਡੇ ਦਰਖਤ ਹੁੰਦੇ ਆ ਉਹਨਾਂ ਦੇ ਆਲੇ ਦੁਆਲੇ ਆਪਾਂ ਕੱਚੀ ਛਾਂ ਜਿਹੜੀ ਥਾਂ ਹੈ ਉਹ ਕੱਚੀ ਛੱਡਿਏ ਕਿਉਂਕਿ ਜਿਹੜਾ ਪੇੜ ਹੁੰਦਾ ਹੈ ਉਹੀ ਆਪੇ ਦੁੱਧ ਦੇ ਛੋਟੇ ਪੇੜ ਹੈ ਜਿਹੜੇ ਉਤਪਨ ਕਰ ਦਿੰਦਾ ਹੈ ਮੌਨਸੂਨ ਦੇ ਅੰਦਰ ਤੇ ਆਪਾਂ ਜੇ ਪੇੜ ਨੂੰ ਨਹੀਂ ਕਟਾਂਗੇ ਤਾਂ ਪ੍ਰਕਿਰਤੀ ਖੁਦ ਨੂੰ ਰਿਕਵਰ ਕਰ ਲੈਂਦੀ ਹੈ ਉਹਦਾ ਜੇ ਆਪਾਂ ਇੱਕ ਹੋਰ ਉਦਾਹਰਣ ਲਈਏ ਆਪਾਂ ਕਿਸੇ ਥਾਂ ਨੂੰ ਜੇ ਵਿਰਾਂਹ ਛੱਡ ਦਈਏ ਤਾਂ ਉਹ 5-7 ਸਾਲਾਂ ਦੇ ਅੰਦਰ ਕੀ ਉੱਥੇ ਹਰਿਆਲੀ ਹੋ ਜਾਂਦੀ ਹੈ ਠੀਕ ਹੈ ਜੀ ਤਾਂ ਮੇਰਾ ਸੰਦੇਸ਼ 아이 ਹੈ ਵੀ ਆਪਾਂ ਜੇ ਨਹੀਂ ਲਾਵਾਂਗੇ ਪੇੜ ਪੌਦੇ ਤਾਂ ਉਹ ਅੱਡ ਗੱਲ ਹੈ ਬਟ ਕਟੋ ਨਾ ਜੀ ਪ੍ਰਕਿਰਤੀ ਖੁਦ ਨੂੰ ਰਿਕਵਰ ਕਰ ਲੂਗੀ ਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪੰਕਜ ਸਿੰਘ ਜੀ ਔਰ ਮਸਤੋਣਾ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ਦੀ ਚਰਚਾ ਉਹ ਪ੍ਰਾਪਤ ਧਰਤੀ ਤੇ ਤੁਹਾਡਾ ਪਹੁੰਚਣ ਤੇ ਇਥੋਂ ਦੀ ਪ੍ਰਬੰਧਕ ਕਮੇਟੀ ਅਕਾਲ ਕਾਲਜ ਕਾਉਂਸਲ ਗੁਰਸਾਖਰ ਮਸਤੋਣਾ ਸਾਹਿਬ ਵੱਲੋਂ ਔਰ ਅਕਾਲ ਸੰਤ ਅਤਰ ਸਿੰਘ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਸਹਿਬਾਨ ਅਤੇ ਸਮੁਸਤ ਸਟਾਫ ਔਰ ਬੱਚਿਆਂ ਵੱਲੋਂ ਤੁਹਾਨੂੰ ਮੋਸਟ ਵੈਲਕਮ ਜੀਓ ਆਇਆ ਨੂੰ ਇੱਥੇ ਪਹੁੰਚਣ ਤੇ ਕਿਉਂਕਿ ਗੁਰੂ ਸਾਹਿਬਾਨ ਵੀ ਸਾਨੂੰ ਗੁਰਬਾਣੀ ਵਿੱਚ ਇਹ ਸੰਦੇਸ਼ ਕਰਦੇ ਨੇ ਧਰਤੀ ਨੂੰ ਗੁਰੂ ਸਾਹਿਬਾਨ ਬਾਣੀ ਵਿੱਚ ਮਾਤਾ ਕਹਿ ਰਹੇ ਨੇ ਔਰ ਹਵਾ ਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਔਰ ਹਰਿਆਵਲ ਨੂੰ ਗੁਰੂ ਸਾਹਿਬ ਬਹੁਤ ਪਿਆਰ ਕਰਦੇ ਨੇ ਔਰ ਇੱਕ ਹੈਰਾਨੀ ਦੀ ਗੱਲ ਹੈ ਵੀ ਸਿੱਖ ਇਤਿਹਾਸ ਔਰ ਗੁਰੂਆਂ ਦੇ ਫਲਸਫੇ ਤੋਂ ਪੰਕਜ ਜੀ ਜਿਹੜੇ ਪ੍ਰਭਾਵਿਤ ਹੋ ਕੇ ਇਹ ਸਾਫਤ ਸੂਰਤ ਹੋਏ ਨੇ ਸਿੱਖ ਸਜੇ ਨੇ ਇਹਨਾਂ ਦਾ ਨਾਂ ਵੀ ਪਿੱਛੇ ਰਾਈਟ ਦੇ ਪੰਕਜ ਸਿੰਘ ਜਿਹੜਾ ਹੈ ਲਿਖਿਆ ਹੋਇਆ ਇਹਨਾਂ ਨੂੰ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਤੇ ਜਾਂ ਟਵਿੱਟਰ ਤੇ ਵੀ ਅਸੀਂ ਫੋਲੋ ਕਰ ਸਕਦੇ ਆ ਸੋ ਇਹਨਾਂ ਦਾ ਜਿਹੜਾ ਸੁਦੇਸ਼ ਹੈ ਸਾਨੂੰ ਸਾਰਿਆਂ ਨੂੰ ਇਹ ਆਪਣੇ ਜੀਵਨ ਦੇ ਵਿੱਚ ਬਸਾਉਣਾ ਚਾਹੀਦਾ ਹੈ ਅੱਗੇ ਸਾਨੂੰ ਸਾਧ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਗੁਰੂ ਸਾਹਿਬ ਵੀ ਹਰਿਆਵਲ ਨੂੰ ਇੰਨਾ ਪਿਆਰ ਕਰਦੇ ਨੇ ਸੋ ਸਾਡਾ ਵੀ ਫਰਜ਼ ਬਣਦਾ ਜੋ ਸੰਦੇਸ਼ ਗੁਰੂ ਸਾਹਿਬ ਨੇ ਸਾਨੂੰ ਦਿੱਤੇ ਨੇ ਉਹਨਾਂ ਦੇ ਉੱਪਰ ਪਹਿਰਾ ਰਈਏ ਇਸ ਕਰਕੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਦਾਸ ਭਾਈ ਅਵਤਾਰ ਸਿੰਘ ਹਜ਼ੂਰੀ ਕੀਰਤਨੀਏ ਗੁਰਸਾਗਰ ਮਸਤੌਣਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ